ਕਿਹੜੀ ਗੱਲ ਹੈ ਕਿ ਯੋਗਸ਼ਾਲਾ ਸ਼ੁਰੂ ਹੋਣ ਜਾ ਰਹੀ ਹੈ ਆਪਾਂ ਸੜਕਾਂ ਤੇ ਆ ਗਏ। ਦੇਖੋ ਅਸੀਂ ਸੀਐਮ ਸਾਹਿਬ ਨੂੰ ਮਿਲਣਾ ਸੀਗਾ, ਇੱਥੇ ਬੈਠ ਕੇ ਕਰਨਾ ਕੀ ਆਪਾਂ? ਅਸੀਂ ਆਪਣੀ ਆਵਾਜ਼ ਪਹੁੰਚਾਉਣਾ ਚਾਹੁੰਦੇ ਹਾਂ ਸੀਐਮ ਸਾਹਿਬ ਨੂੰ, ਅਸੀਂ ਮਿਲਣਾ ਚਾਹੁੰਦੇ ਸੀ, ਅਸੀਂ ਕੋਈ ਲੜਾਈ ਲੜੂਈ ਕਰਨ ਨਹੀਂ ਆਏ। ਕਿਸਾਨ ਬਚਾਓ, ਪੰਜਾਬ ਬਚਾਓ। ਤੁਸੀਂ ਆਪਣਾ ਜਿਹੜਾ ਹੱਕ ਹੈ ਉਹ ਮੰਗ ਰਹੇ ਹੋ ਵੀ ਅਸੀਂ ਸੀਐਮ ਸਾਹਿਬ ਨੂੰ ਮਿਲਣਾ? ਹਾਂ, ਅਸੀਂ ਸੀਐਮ ਸਾਹਿਬ ਨੂੰ ਮਿਲਣਾ ਚਾਹੁੰਦੇ, ਇਹਨਾਂ ਨੂੰ ਮਨਾਉਣਾ ਚਾਹੁੰਦੀ ਹਾਂ ਮੈਂ। ਜੇਕਰ ਕੋਈ ਬੁਲਾਵਾ ਨਹੀਂ ਆਉਂਦਾ ਹੈਗਾ ਫਿਰ ਤੁਹਾਡੇ ਕੋਲ ਰਾਹ ਕੀ ਹੈ? ਰਾਹ ਤਾਂ ਅਸੀਂ ਕੁਛ, ਦੇਖੋ ਸਾਡਾ ਰੋਸ ਹੈ, ਰੋਸ ਕਿਸ ਕੋਈ ਵੀ ਕਰ ਸਕਦਾ ਹੈ ਰੋਸ। ਕਦੋਂ ਤੱਕ ਜਿਹੜਾ ਹੈਗਾ ਚੱਲਣਾ ਹੈਗਾ? ਅਸੀਂ ਤਾਂ ਸਿਰਫ ਗੱਲ ਇਹ ਹੈ ਕਿ ਮੈਮੋਰੈਂਡਮ ਦੇਣਾ, ਮੈਮੋਰੈਂਡਮ ਸਾਡਾ ਆ ਰਿਹਾ, ਅਸੀਂ ਚਾਹੁੰਦੇ ਸੀ ਕਿ ਭਗਵੰਤ ਮਾਨ ਜੀ ਨੂੰ ਮਿਲਣ। ਵੈਸੇ ਚਾਹੀਦਾ ਹੈਗਾ, ਮੈਂ SP ਸਾਹਿਬ ਨੂੰ, DSP ਸਾਹਿਬ ਨੂੰ, SSP ਸਾਹਿਬ ਨੂੰ ਬੇਨਤੀ ਕਰਦਾ ਕਿ ਬੜੇ ਚੰਗੇ ਢੰਗ ਦੇ ਨਾਲ ਸਾਡੇ ਜੋ ਕੋਈ ਵੀ 5 ਬੰਦੇ ਮੁੱਖ ਮੰਤਰੀ ਜੀ ਨਾਲ ਮਿਲਾਏ ਜਾਣ। ਅਸੀਂ ਸਿਰਫ ਉਹਨਾਂ ਦੀ ਸਮੱਸਿਆ ਦੱਸਣੀ ਹੈ ਤਾਂ ਕਿ ਉਹਨਾਂ ਦੇ ਕੰਨ 'ਚ ਜੂ ਰੇਖ ਸਕੇ ਕਿ ਲੋਕ ਅੱਜ ਪ੍ਰੋਬਲਮ 'ਚ ਹੈ। ਅੱਜ ਪਟਿਆਲਾ ਵਿੱਚ ਸੀਐਮ ਯੋਗਸ਼ਾਲਾ ਸ਼ੁਰੂ ਹੋਣ ਜਾ ਰਹੀ ਹੈ, ਉਸ ਦੇ ਚੱਲਦੇ ਅੱਜ BJP ਵਰਕਰਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਪੰਜਾਬ ਦੇ ਜਿਹੜੇ ਮੁੱਖ ਮੰਤਰੀ ਨੇ ਤੇ ਕੇਜਰੀਵਾਲ ਸਾਹਿਬ ਦੇ ਖਿਲਾਫ ਤੇ ਬੀਬਾ ਜੈਇੰਦਰ ਕੌਰ BJP ਦੇ ਵੱਡੇ ਲੀਡਰ ਇੱਥੇ ਬੈਠੇ ਹੈਗੇ ਨੇ। ਬੀਬਾ ਜੀ, ਕਿਹੜੀ ਗੱਲ ਹੈ ਕਿ ਯੋਗਸ਼ਾਲਾ ਸ਼ੁਰੂ ਹੋਣ ਜਾ ਰਹੀ ਹੈ ਆਪਾਂ ਸੜਕਾਂ ਤੇ ਆ ਗਏ? ਦੇਖੋ ਅਸੀਂ ਸੀਐਮ ਸਾਹਿਬ ਨੂੰ ਮਿਲਣਾ ਸੀਗਾ, ਕੱਲ ਅਸੀਂ ਗਏ ਸੀਗੇ 8-9 ਪਿੰਡਾਂ 'ਚ ਮੈਂ ਗਈ ਸੀਗੀ, ਸਾਡੇ ਨਾਲ ਹੋਰ ਲੇਡੀ ਸੀਗੀਆਂ ਸਨੌਰ ਹਲਕੇ 'ਚ ਔਰ ਸਮਾਣੇ 'ਚ। ਇਹ ਵਿਚਾਰਾ ਬੀਬੀਪੁਰ ਤੋਂ ਹੈ, ਬੰਦੇ ਦੇਖੋ ਇਹਨਾਂ ਦੇ ਪੂਰੀ ਕਣਕ ਗਿਰੀ ਪਈ ਹੈ, ਔਲੇ ਪਏ ਉੱਥੇ, ਸਾਰਾ ਕੁਛ ਹੋਇਆ। ਪਟਵਾਰੀ ਨੂੰ ਜਾਂਦੇ ਨੇ ਕਹਿੰਦੇ ਉਹ ਦੂਜਾ ਮਹਿਕਮਾ ਆਏਗਾ, ਦੂਜਾ ਮਹਿਕਮਾ ਆਉਂਦਾ ਨਹੀਂ, ਕੁਛ ਹੋਇਆ ਨਹੀਂ। 4-5 ਦਿਨਾਂ 'ਚ ਇਹਨਾਂ ਨੂੰ ਕਣਕ ਵੱਢਣੀ ਪੈਣੀ ਹੈ। ਸੀਐਮ ਸਾਹਿਬ ਨੇ ਤਾਂ 15,000 ਰੁਪਏ ਪਰ ਏਕੜ ਦੇਣ ਦੀ ਗੱਲ ਵੀ ਕਹੀ ਹੈ ਤੇ 1 ਹਫ਼ਤੇ ਦੇ ਵਿੱਚ ਜਿਹੜੀਆਂ ਗੁਰਦੁਆਰਿਆਂ ਕਰਕੇ ਮੁਆਵਜ਼ਾ ਦੇਣ ਦੀ ਗੱਲ ਕਹੀ ਹੈ। ਕਿੱਥੇ ਦੱਸੋ ਮੈਨੂੰ ਹੁਣ, ਜਿੱਥੇ ਪਿੰਡਾਂ 'ਚ ਮੈਂ ਕੱਲ ਗਈ ਸੀ ਉੱਥੇ ਅੱਜ ਸਵੇਰੇ ਪਟਵਾਰੀ ਭੇਜਿਆ, ਉਹ ਵੀ ਪਤਾ ਨਹੀਂ ਕੀ ਕਰੇਗਾ। ਔਰ ਜੇ ਤੁਸੀਂ ਆਪੇ ਔਰ ਗਦੌਰੀ ਜਦੋਂ ਕੀਤੀ ਨਹੀਂ ਗਈ ਹੈ ਤਾਂ ਅੱਗੇ ਕੀ ਹੋਏਗਾ? ਔਰ ਆਹ ਜਿਹੜੀ ਕਣਕ ਹੈ ਨਾ, ਇਹਨਾਂ ਨੇ ਵਾਹ ਦੇਣੀ, ਇਹਨਾਂ ਨੂੰ ਵਾਹਣੀ ਪੈਣੀ ਹੈ 4-5-6 ਦਿਨਾਂ 'ਚ। ਫਾਇਦਾ ਕਿਆ ਹੈ? ਜੇਕਰ ਗੱਲ ਕੀਤੀ ਜਾਵੇ, ਤੁਸੀਂ ਕਹਿ ਰਹੇ ਹੋ ਕਿ ਗੁਰਦੁਆਰੇ ਦੀ ਜ਼ਰੂਰਤ ਨਹੀਂ ਹੈਗੀ ਜਿਵੇਂ ਤੁਹਾਡੇ ਸਮਰਥਕ ਵੀ ਕਹਿ ਰਹੇ ਹੈਗੇ ਨੇ, ਪਰ ਇੱਕੋ ਹੀ ਪਾਏਦਾਨ ਤਾਂ ਹੋਏਗਾ ਵੀ ਕਿਸ ਤਰ੍ਹਾਂ ਇਹਨਾਂ ਨੂੰ ਮੁਆਵਜ਼ਾ ਮਿਲਿਆ? ਕਿਹੜੀ ਸਰਕਾਰ, ਜਿਵੇਂ ਕਹਿ ਰਹੀ ਹੈ ਕਿ ਜਿਹੜਾ ਬੰਦਾ ਕਾਸ਼ਤਕਾਰ ਅਸੀਂ ਉਸੇ ਨੂੰ ਹੀ ਦੇਣਾ ਹੈਗਾ, ਤੇ ਕਈ ਲੋਕਾਂ ਨੇ ਪੱਟੇ ਉੱਪਰ ਜਿਹੜੀ ਜਗ੍ਹਾ ਲਿੱਤੀ ਹੁੰਦੀ ਹੈ ਫਿਰ ਮਾਲਕਾਂ ਕੋਲ ਚਲਾ ਜਾਂਦਾ ਪੈਸਾ, ਉਹਦੀ ਤਾਂ ਤਹਿਕੀਕਾਤ ਕਰਨੀ ਪੈਂਦੀ ਹੈ ਨਾ? ਕਰਨੀ ਪੈਂਦੀ ਹੈ। ਜਦੋਂ ਫਿਰ ਇਹਨਾਂ ਨੇ ਕਿਉਂ ਕਿਹਾ, ਜਦੋਂ ਸ਼ੁਰੂ ਕੀਤਾ ਸੀਗਾ ਭਗਵੰਤ ਮਾਨ ਜੀ ਨੇ, ਇਹਨਾਂ ਨੇ ਗਾਰੰਟੀ ਦਿੱਤੀ ਸੀ ਕਿ ਨਹੀਂ ਕਰਨਗੇ। ਮੈਂ ਤਾਂ ਨਹੀਂ ਕਿਹਾ, ਤੁਸੀਂ ਪਿੱਛੋਂ ਰਿਕਾਰਡ ਕੱਢ ਕੇ ਦੇਖ ਲਓ। ਔਰ ਮੈਂ ਸੱਚੀ ਗੱਲ ਹੈ, ਤੁਸੀਂ ਆਪ ਜਾ ਕੇ ਦੇਖੋ ਖੇਤਾਂ 'ਚ ਔਰ ਪੁੱਛੋ ਲੋਕਾਂ ਨੂੰ ਕੀ ਹੋ ਰਿਹਾ। ਇਸ ਗੱਲ ਨੂੰ ਤਾਂ ਸਰਕਾਰ ਵੀ ਸਵੀਕਾਰ ਕਰਦੇ, ਲੋਕ ਵੀ ਸਵੀਕਾਰ ਕਰਦੇ ਨੇ ਕਿ ਪ੍ਰੈਸ ਮੰਨਦੀ ਹੈ ਵੀ ਨੁਕਸਾਨ ਨਹੀਂ ਹੋਇਆ ਪਿੰਡਾਂ 'ਚ? ਅਸੀਂ ਤਾਂ ਹਰੇਕ ਵਾਰ ਇਹ ਦਿਖਾਇਆ ਜੀ, ਤੁਸੀਂ ਪ੍ਰੈਸ ਨੇ, ਹਰੇਕ ਚੈਨਲ ਤੇ ਪ੍ਰੈਸ ਨੇ, ਅਸੀਂ ਸਤਿਕਾਰ ਕਰਦੇ ਹਾਂ ਪ੍ਰੈਸ ਦਾ, ਪ੍ਰੈਸ ਦੇ ਹਰੇਕ ਚੈਨਲ ਨੇ ਮੇਰਾ ਖਿਆਲ ਹੈ ਡੇਲੀ 2-2 ਘੰਟੇ ਪ੍ਰੈਸ ਚਲਾ ਰਹੀ ਹੈ ਵੀ ਪੰਜਾਬ ਦੇ ਪਿੰਡਾਂ ਦਾ, ਪੰਜਾਬ ਦੀ ਕਿਸਾਨੀ ਦਾ ਬੁਰਾ ਹਾਲ ਹੋਇਆ ਪਿਆ। ਕੀ ਪ੍ਰੈਸ ਤੋਂ ਦੇਖ ਕੇ ਸਰਕਾਰ ਨੂੰ ਗੁਰਦੁਆਰੀਆਂ ਕਰਾਉਣ ਦੀ ਜ਼ਰੂਰਤ ਮਹਿਸੂਸ ਹੁੰਦੀ ਹੈ? ਰੋਜ਼ਾਨਾ ਡਿਸਕਸ਼ਨਾਂ ਹੋ ਰਹੀਆਂ ਚੈਨਲਾਂ ਦੇ ਉੱਪਰ, ਲੇਕਿਨ ਕਣਕਾਂ ਵਿਛਗੀਆਂ ਧਰਤੀ ਦੇ ਉੱਤੇ, ਕੀ ਹਜੇ ਵੀ ਗੁਰਦੁਆਰੀਆਂ ਦੀ ਜ਼ਰੂਰਤ ਮਹਿਸੂਸ ਕਰਦੀ ਹੈ ਸਰਕਾਰ? ਮੇਰੀ ਗੱਲ ਸੁਣੋ ਜੀ, ਆਪ ਜਿਹੜਾ ਜਿਹਦੀ ਇੰਨੀ ਬੁਰੀ ਤਰ੍ਹਾਂ ਹਾਲਤ ਹੋਈ ਹੈ, ਇਹਨੂੰ ਪੁੱਛੋ, ਇਹਨੂੰ ਬੋਲਣ ਦੋ, ਇਹਨਾਂ ਨਾਲ ਵੀ ਗੱਲ ਕਰਦੇ। ਲੇਕਿਨ ਹੁਣ ਤੁਹਾਨੂੰ ਇੱਥੇ ਬਹਿ ਗਈ ਹੈਗੀ ਹੋ, ਕੜਕਦੀ ਧੁੱਪ ਹੈਗੀ ਹੈ, ਇਹੋ ਜਿਹਾ ਮਾਹੌਲ ਹੈ, ਤੇ ਦੂਜੇ ਪਾਸੇ ਸੀਐਮ ਸਾਹਿਬ ਦਾ ਪ੍ਰੋਗਰਾਮ ਜਿਹੜਾ ਸ਼ੁਰੂ ਹੋਣ ਜਾ ਰਿਹਾ ਹੈਗਾ, ਇੱਥੇ ਬੈਠ ਕੇ ਕਰਨਾ ਕੀ ਆਪਾਂ? ਅਸੀਂ ਆਪਣੀ ਆਵਾਜ਼ ਪਹੁੰਚਾਉਣਾ ਚਾਹੁੰਦੇ ਹਾਂ ਸੀਐਮ ਸਾਹਿਬ ਨੂੰ, ਅਸੀਂ ਮਿਲਣਾ ਚਾਹੁੰਦੇ ਸੀ, ਅਸੀਂ ਕੋਈ ਲੜਾਈ ਲੜੂਈ ਕਰਨ ਨਹੀਂ ਆਏ ਹਾਂ, ਅਸੀਂ ਪੀਸਫੁਲ ਪ੍ਰੋਟੈਸਟ ਕਰ ਰਹੇ ਹਾਂ। ਉਹ ਇਹ ਕਹਿੰਦੇ ਆਪਾਂ ਉਹਨਾਂ ਨੂੰ ਮਿਲ ਨਹੀਂ ਸਕਦੇ ਤਾਂ ਅਸੀਂ ਇੱਥੇ ਬੈਠ ਗਏ। ਸੋ ਤੁਸੀਂ ਆਪਣਾ ਜਿਹੜਾ ਹੱਕ ਹੈ ਉਹ ਮੰਗ ਰਹੇ ਹੋ ਵੀ ਅਸੀਂ ਸੀਐਮ ਸਾਹਿਬ ਨੂੰ ਮਿਲਣਾ ਚਾਹੁੰਦੇ? ਹਾਂ, ਅਸੀਂ ਸੀਐਮ ਸਾਹਿਬ ਨੂੰ ਮਿਲਣਾ ਚਾਹੁੰਦੇ, ਇਹਨਾਂ ਨੂੰ ਮਨਾਉਣਾ ਚਾਹੁੰਦੀ ਹਾਂ ਮੈਂ, ਜਿਹੜਾ ਦੇ ਸਾਰੇ ਕਣਕ ਸਾਰੀ ਵਿੱਛੀ ਹੋਈ ਹੈ, ਸਾਰਾ ਕੁਝ ਖਰਾਬ ਹੋਇਆ ਹੋਇਆ, ਕਾਲੀ ਨਹੀਂ ਹੋਣ ਲੱਗ ਗਈ ਹੈ ਕਣਕ। ਜੇਕਰ ਕੋਈ ਬੁਲਾਵਾ ਨਹੀਂ ਆਉਂਦਾ ਹੈਗਾ ਫਿਰ ਤੁਹਾਡੇ ਕੋਲ ਰਾਹ ਕੀ ਹੈਗਾ? ਰਾਹ ਤਾਂ ਅਸੀਂ ਕੁਛ, ਦੇਖੋ ਸਾਡਾ ਰੋਸ ਹੈ, ਰੋਸ ਕਿਸ ਕੋਈ ਵੀ ਕਰ ਸਕਦਾ ਰੋਸ।
भगवंत मान जी केजरीवाल जी दे बोर्ड योगा दे मैनू बड़ा हासा आया कि एक पासे सरकार कहंदी है कि रूल एंड रेगुलेशन नाल चलांगे उस तों बाद जिहड़े सरकारी खंभियां दे उपर इन्हां ने कल दे पोस्टरबाजी शुरू की है वह सारे रूलों दियां धज्जियां उड़ाइयां एक पासे साडा अन्नदाता आ देखो सड़कां दे धुप्प च बैठा और इन्हां दा ना कोई गदौरियां हो रही ना इन्हां दा कोई सुनवाई हो रही है इन्हां दी कणक पिछले समय हालात देखो की होए हैं 15,000 का मुआवजा कोई मुआवजा नहीं होंदा घट्टो घट 50,000 का मुआवजा सरकार नूं देना चाहिए जिहड़ी सरकार अपना साडा फंड साडे टैक्सिस लैके एडवरटाइजमेंटा ते खर्च कर रही है उही लोग भलाई दे कम करे केजरीवाल चीजा तुसीं इत्थे दिखाणगे चीजा ते खुद अपना जिहड़े सीएम साहब ने खेतां विच जाके देख के आए ने उहनां नूं पता ही है देखो सीएम साहब खेतां च देख के आके ड्रामा करके आए हैं फोटोआं खिचाणियां और सोशल नैटवर्क च पाउणा है लेकिन प्रैक्टिकल उहनां ने कुछ नहीं किया जे किया हुंदा ते अज्ज किसान सड़क ते ना आउंदा अज सड़कों के थोड़े किसान भी बैठे है तुम भी बैठे है कदों तक जरा है चलना है शाम तो सिर्फ गल है कि मैमोरेंडम देना मैमोरेंडम साडा आ रहा असी चाहते सी कि भगवंत मान जी नूं मिलन वैसे चाहिए हैगा मैं एस पी साहब नूं डी एस पी साहब नूं एस एस पी साहब नूं बेनती करदा कि बड़े चंगे ढंग दे नाल साडे जो कोई भी पंज बंदे मुख्यमंत्री जी नाल मिलाए जान असी सिर्फ उन्हां दी समस्या दसनी है ताकि उन्होंने कन्न च जू रेख सके कि लोग अज प्रॉब्लम च है 92 के करीब MLA आए हैं और कितनिया वोटा लोगों ने धुआंधार पाइया आम आदमी पार्टी नूं ये डेमोक्रेसी है लोकतंत्र की हत्या ना करन ये योगा करके लोगों की सहूलत नहीं मिल सकती ये सारी जी पोलीटिकल ड्रामेबाजी हो रही है ये पोलीटिकल ड्रामेबाजी सरकार बंद करन और प्रैक्टिकल लोगों के काम करन बिल्कुल जी साफ तौर पर थोड़ी एक दृश्य दिखा दिए कि जिथे योगशाला लगी है उस तो किलो डेढ़ किलोमीटर पिछे ही पुलिस वालों इन्होंने रोक लिया गया है जिस विच बीबा जयेंद्र कौर वाइस प्रेजिडेंट BJP ते पटियाला जिला के प्रधान KK शर्मा भी खड़े वधी KK मल्होत्रा भी खड़े है वड्डी गिणती दे विच जिहड़े हैगे ने समर्थक बैठे है तुसीं देख सकते हो कि विच महिलावां भी हैगियां ने ते ओह किसान भी ने जिन्हां दी कहले कि फसलां खराब होईयां ने सो इह अपना जिहड़ा रोस प्रदर्शन हैगा पंजाब दे मुख्यमंत्री दे खिलाफ इत्थे दिखांदे होए दिखाई दे रहे ने हत्थां दे विच जिहड़े इन्हां ने पकड़े हुए पंपलेट है उपर लिखे हुए खराबे की पूरी गुरदारी यकीनी बनाई जाए तो 30,000 रुपये पर एकड़ का मुआवजा जिहड़ा वलों मंगया जा रहा है सो यह दृश्य हैगा पटियाला का जो कि योगशाला तो कुछ ही दूर हड़ताल कर दी गई है धरना दे दिता गया BJP के वर्करा वालों।